ਕਰਦੇ ਹਾਂ ਬੱਤੀ ਮੁਫਤ ਦੇ ਦਾਂਗੇ ਤੇ ਬੱਤੀ ਤੇ ਹੈ ਨਹੀਂ ਫਿਰ ਤੇ ਆਪਾਂ ਵੀ ਸਰਕਾਰ ਆਪਣੀ ਬਣਾਉਣੇ ਆਪਾਂ ਕਰਾਂਗੇ ਤੁਹਾਨੂੰ 10,000 ਦਿਓ ਤਾਂ ਮੁਫਤ ਦੇ ਦਾਂਗੇ ਹੁਣ ਜਿਹੜੀ ਚੀਜ਼ ਹੀ ਹੈ ਨਹੀਂ ਉਹਨੂੰ ਮੁਫਤ ਕਹਿਣ ਦਾ ਕੀ ਮਤਲਬ ਇਹ ਸਾਡਾ ਵਾਅਦਾ ਜੇ ਜਿਹਨੇ ਬੱਤੀ ਨਾ ਠੀਕ ਕੀਤੀ ਤੇ ਤਿੰਨੀ ਸਰਕਾਰ ਗਈ ਗਈ ਕੱਲੀ ਲਾਈਟ ਹੀ ਲੈ ਕੇ ਚੰਨੀ ਡੁੱਬ ਜਾਏਗੀ ਕਿ ਜਾਂ ਹੋਰ ਵੀ ਹੋਰ ਵੀ ਬੜੇ ਮੁੱਦੇ ਨੇ ਜਿੱਦਾਂ ਐਸੀਆਂ ਨੂੰ ਬੱਤੀ ਫ੍ਰੀ ਕਰੀ ਜਾਣ ਦੇਣੇ ਜਨਰਲ ਵਾਲਾ ਨੂੰ ਮਾਰੀ ਜਾਣ ਦੇਣੇ ਇਹ ਸਮਝੋ ਜਨਰਲ ਵਾਲਾ ਨੇ ਇਹਨੂੰ ਮੁਕਾ ਦੇਣਾ ਹਰ ਕਿਤੇ ਇਹਨਾਂ ਨੂੰ ਜਨਰਲ ਲੈਟ ਬਣਾ ਉਹਨਾਂ ਨੂੰ ਬੱਤੀ ਫ੍ਰੀ ਇਹਨਾਂ ਨੂੰ 8 ਰੁਪਏ ਯੂਨਿਟ ਜਨਰਲ ਵਾਲਿਆਂ ਨੂੰ ਉਹਨਾਂ ਨੂੰ ਸਿਲੰਡਰ 200 ਰੁਪਏ ਦਾ ਇਹਨਾਂ ਨੂੰ 1,000 ਰੁਪਏ ਦਾ ਕਿਉਂ ਮਾਸੀ ਦੇ ਮੁੰਡੇ ਨੂੰ ਸਰ ਜੀ ਇੱਕ ਜਣੇ ਨੂੰ 2 ਰੁਪਈਏ ਅਤੇ ਉਹਦਾ ਖਰਚਾ ਦੂਜੇ ਨੂੰ ਪਾ ਕੇ 12 ਰੁਪਈਏ ਤੋਂ ਕੋਈ ਬੱਤੀ ਨਹੀਂ ਲਾਹਣਾ ਤਾਂ ਇਹੋ ਜਿਹੀ ਸਰਕਾਰ ਦਾ ਯਾਰ ਫਿਰ ਇਹੋ ਜਿਹੀ ਸਰਕਾਰ ਆਈ ਹੈ ਜਿਹੜੇ ਨੂੰ ਤੁਸੀਂ 2 ਰੁਪਈਏ ਜਾਂ ਫ੍ਰੀ ਬੱਤੀ ਦੇਣ ਦਿਓ ਅਤੇ ਜਿਹੜੇ ਤੁਹਾਨੂੰ ਪੇਮੈਂਟ ਦਿੰਦੇ ਨੇ ਜਿਹੜੇ ਸਭ ਕੁਝ ਦਿੰਦੇ ਨੇ ਉਹਨਾਂ ਨੂੰ ਜਿਹਨਾਂ 12 ਰੁਪਏ ਬੱਤੀ ਦਿੰਦੇ ਉਹਨਾਂ ਨੂੰ ਬੱਤੀ ਵੀ ਨਹੀਂ ਦੇਣ ਦੇ ਤੁਸੀਂ ਜਿਹੜਾ ਕੁਛ ਵੀ ਦਿੰਦੇ ਕੋਈ ਟੈਕਸ ਦਿੰਦੇ ਉਹਨਾਂ ਨੂੰ ਸਭ ਕੁਝ ਦੇਣ ਦਿਓ ਤੁਸੀਂ ਜਿਹੜੇ ਟੈਕਸ ਦਿੰਦੇ ਆ ਜਿਹੜੇ ਡਿਜ਼ਰਵ ਕਰਦੇ ਨੇ ਉਹਨਾਂ ਨੂੰ ਤੁਸੀਂ ਚੋਣੀ ਨਹੀਂ ਦਿੱਤੀ 4-500 ਬੰਦਾ ਵਾ ਕਦੀ ਅਕਾਲੀ ਦਲ 'ਚ ਚੱਲ ਜਾਂਦਾ ਵਾ ਕਦੀ ਕਾਂਗਰਸ 'ਚ ਚੱਲ ਜਾਂਦਾ ਵਾ ਕਾਂਗਰਸ 'ਚ ਆਪ 'ਚ ਚੱਲ ਜਾਂਦਾ ਵਾ ਉੱਧਰ ਉੱਧਰ ਘੁੰਮ ਘਾਮ ਕੇ ਆ ਗਿਆ ਇਹ ਸਰਕਾਰਾਂ ਚਲਾਉਣ ਡੇ ਨੇ 4-500 ਬੰਦਾ ਅਤੇ ਅਸੀਂ ਸ਼ਦਾਈ ਬਣੇ ਨੇ ਮੁਸ਼ਕਲਾਂ ਤਾਂ ਬਹੁਤ ਨੇ ਪੰਜਾਬ ਦੇ ਲੋਕਾਂ ਲਈ ਪਰ ਇੱਕ ਜਿਹੜੀ ਨਵੀਂ ਨਵੀਂ ਤਾਜ਼ੀ ਤਾਜ਼ੀ ਜਿਹੜੀ ਮੁਸ਼ਕਲ ਲੋਕਾਂ ਦੇ ਉੱਤੇ ਪੈ ਰਹੀ ਆ ਉਹ ਹੈ ਬਿਜਲੀ ਦੇ ਕੱਟਾਂ ਦੀ ਕੱਟ ਇੰਨੇ ਕੁ ਲੱਗ ਰਹੇ ਨੇ ਬਿਜਲੀ ਦੇ ਕਿ ਹੱਦ ਤੋਂ ਜ਼ਿਆਦਾ ਨਵੀਂ ਸਰਕਾਰ ਬਣੀ ਸੀ ਚੰਨੀ ਦੀ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਕਿ ਨਵੇਂ CM ਬਣੇ ਨੇ ਸ਼ਾਇਦ ਕੁਝ ਨਵਾਂ ਲੈ ਕੇ ਆਉਣਗੇ ਪਰ ਹਾਲਾਤ ਉਹੀ ਨੇ ਮੇਰੇ ਨਾਲ ਨੇ ਕੁਝ ਗੁਰਦਾਸਪੁਰ ਦੇ ਵਾਸੀ ਗੱਲਬਾਤ ਕਰਾਂਗੇ ਕੀ ਹੈ ਉਹਨਾਂ ਦਾ ਕਹਿਣਾ ਸਰ ਲਾਈਟ ਬਾਰੇ ਕੀ ਕਹਿਣਾ ਜੀ ਕੱਟਾਂ ਬਾਰੇ ਤੇ ਸਰਕਾਰ ਬਾਰੇ ਲਾਈਟ ਨੇ ਤੇ ਤਰਾਹੀ ਤਰਾਹੀ ਮਚਾਈ ਹੈ ਜੀ ਪੂਰੇ ਪੰਜਾਬ 'ਚ ਬਹੁਤ ਬੁਰਾ ਹਾਲ ਹੋ ਚੁੱਕਿਆ ਜੀ ਜਿਹੜਾ ਸਾਡੇ ਦੁਕਾਨਦਾਰ ਦਾ ਟਾਈਮ ਟੇਬਲ ਹੈਗਾ ਇਹ ਸਾਰਾ ਹੀ ਵਿਗੜ ਚੁੱਕਿਆ ਜੀ ਬਹੁਤ ਬੁਰਾ ਹਾਲ ਕੀਤਾ ਚਲੋ ਹਾਲੇ ਤਾਂ ਗਰਮੀ ਘੱਟ ਗਈ ਆ ਅਤੇ ਇੰਨੀ ਤਰਾਹੀ ਨਹੀਂ ਹੈਗੀ ਚਲੋ ਪੱਖਾ 2 ਘੰਟੇ ਬੰਦ ਵੀ ਰਹੇ ਤਾਂ ਫਰਕ ਪੈ ਜਾਂਦਾ ਪਰ ਜੇ ਗਰਮੀਆਂ 'ਚ ਹਾਲ ਹੋਇਆ ਹੁੰਦਾ ਤਾਂ ਬਹੁਤ ਸਰਕਾਰ ਦਾ ਬਹੁਤ ਬੁਰਾ ਹਾਲ ਹੋਣਾ ਨਵੀਂ ਸਰਕਾਰ ਬਾਰੇ ਕਿੱਦਾਂ ਵੇਖਦੇ ਹੋ ਚੰਨੀ ਆਏ ਨੇ ਨਵੇਂ ਮੁੱਖ ਮੰਤਰੀ ਤੁਹਾਨੂੰ ਪਤਾ ਹੈ ਕਿ ਜਿਵੇਂ ਆਮ ਪਾਰਟੀ ਜਿਹੜੀ ਉਹ ਘਰ ਘਰ ਗਰੰਟੀ ਕਾਰਡ ਵੰਡਣ ਦੀ ਹੈ ਫਿਰ 400 ਯੂਨਿਟ ਮਾਫ਼ 300 ਯੂਨਿਟ ਮਾਫ਼ 200 ਆਉਣ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਤੁਹਾਨੂੰ ਲੱਗਦਾ ਕਿ ਹਕੀਕਤਲੀ ਜਿਹੜਾ ਇਹ ਸਾਰਾ ਕੁਛ ਲੋਕਾਂ ਨੂੰ ਮਿਲ ਰਿਹਾ ਸਰ ਪਾਰਟੀ ਹੁਣ ਤੁਹਾਨੂੰ ਪਤਾ ਜਿਹੜਾ ਮੌਸਮ ਚੱਲਦਾ ਪਿਆ ਚੁਣਾਵੀ ਮੌਸਮ ਚੱਲਦਾ ਪਿਆ ਹਰ ਪਾਰਟੀ ਆ ਰਹੀ ਆਪਣੇ ਆਪਣੇ ਦਾਅਵੇ ਕਰਦੀ ਪਈ ਆ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਤੁਹਾਡੇ ਚੈਨਲ ਦੇ ਮਾਧਿਅਮ ਆਹ ਦੇਖੋ ਜੀ ਇਹ ਕੇਜਰੀਵਾਲ ਹੁਣੀ ਕਹਿ ਰਿਹਾ ਜੀ ਤੁਹਾਨੂੰ 300 ਯੂਨਿਟ ਬਿਜਲੀ ਹਰ ਮਹੀਨੇ ਦਿੱਤੀ ਜਾਏਗੀ ਸਰ ਕਿਸ ਹਿਸਾਬ ਨਾਲ ਆਪਣੀ ਜਿਹੜੀ ਹੈ ਦਾਅਵਾ ਕਰ ਰਹੇ ਆ ਲਾਈਟ ਕਹਿੰਦੇ ਇੱਕ ਕਹਿੰਦੇ ਲਾਈਟ ਨਹੀਂ ਹੈਗੀ ਅਤੇ ਆ ਮੁਫਤ ਕਿੱਥੋਂ ਦੇਣਗੇ ਹੁਣ ਬਾਦਲ ਸਰਕਾਰ ਕਹਿ ਰਹੇ ਆ ਜੀ ਕਹਿੰਦੇ ਜੀ ਤੁਹਾਨੂੰ 300-400 ਯੂਨਿਟ ਮੁਫਤ ਦੇ ਦਾਂਗੇ ਠੀਕ ਹੈ ਜੀ ਆ ਚੰਨੀ ਸਾਹਿਬ ਆਏ ਹੁਣ ਨਵੇਂ ਨਵੇਂ ਆਪਣੇ ਮੁੱਖ ਮੰਤਰੀ ਬਣੇ ਆ ਉਹ ਕਹਿ ਰਿਹਾ ਜੀ ਤੁਹਾਨੂੰ ਬੱਤੀ ਬਿਲਕੁਲ ਮੁਫਤ ਦੇ ਦਾਂਗੇ ਅਤੇ ਮੁਫਤ ਤਾਂ ਦੇ ਦੇਣਗੇ ਤਾਂ ਬੱਤੀ ਹੈ ਹੀ ਨਹੀਂ ਇੱਕ ਕਹਿੰਦੇ ਆ ਬੱਤੀ ਮੁਫਤ ਦੇ ਦਾਂਗੇ ਤਾਂ ਬੱਤੀ ਤਾਂ ਹੈ ਨਹੀਂ ਫਿਰ ਤਾਂ ਆਪਾਂ ਵੀ ਸਰਕਾਰ ਆਪਣੀ ਬਣਾਉਣੇ ਆਪਾਂ ਕਹਾਂਗੇ ਤੁਹਾਨੂੰ 10,000 ਯੂਨਿਟ ਮੁਫਤ ਦੇ ਦਾਂਗੇ ਹੁਣ ਜਿਹੜੀ ਚੀਜ਼ ਹੀ ਹੈ ਨਹੀਂ ਉਹਨੂੰ ਮੁਫਤ ਕਹਿਣ ਦਾ ਕੀ ਮਤਲਬ ਹੈ ਇਹਦਾ ਲੌਜਿਕ ਸਮਝ ਨਹੀਂ ਆਇਆ ਹੈਗਾ ਸਾਨੂੰ ਤੁਹਾਡੇ ਕਹਿਣ ਦਾ ਮਤਲਬ ਵੀ ਜੋ ਸਰਕਾਰਾਂ ਕਹਿਣ ਦੀਆਂ ਇਹ ਝੂਠ ਹੈ ਸਾਰਾ ਕੁਛ ਇੱਦਾਂ ਹੋ ਨਹੀਂ ਸਕਦਾ ਬਿਲਕੁਲ ਜੀ ਲੱਗ ਰਿਹਾ ਝੂਠ ਕਹਿ ਰਹੇ ਆ ਸਾਰੇ ਜੀ ਲਾਈਟ ਇੱਕ ਪਾਸੇ ਤੁਸੀਂ ਕਹਿੰਦੇ ਹੋ ਲਾਈਟ ਹੈ ਨਹੀਂ ਦੂਜੇ ਬੰਨੇ ਤੁਸੀਂ ਕਹਿੰਦੇ ਹੋ ਮੁਫਤ ਦੇ ਦਿਆਂਗੇ ਅਤੇ ਜੇ ਲਾਈਟ ਹੈ ਨਹੀਂ ਤਾਂ ਉਹਨੂੰ ਮੁਫਤ ਦੇਣਗੇ ਕਿੱਥੋਂ ਲਾਈਟ ਹੈ ਹੀ ਨਹੀਂ ਅਤੇ ਉਹ ਮੁਫਤ ਦੇਣਗੇ ਕਿੱਥੋਂ ਇਹ ਲੋਕਾਂ ਦਾ ਅਸੀਂ ਕਹਿਣਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਬਿਜਲੀ ਦੇ ਬਾਰੇ ਕੀ ਕਹਿਣਾ ਬਾਹਰ ਖਲੋ ਕੇ ਕੰਮ ਕਰਦੇ ਪਏ ਹਾਂ ਦੇਖੋ ਲਾਈਟ ਗਈ ਦੀ ਹੈ ਅਤੇ ਅੰਦਰ ਲਾਈਟ ਨਹੀਂ ਹੈਗੀ ਥੋੜ੍ਹੀ ਦੇਰ ਬਾਅਦ ਆਪਣਾ ਇਨਵੈਟਰ ਵੀ ਜਵਾਬ ਦੇ ਦਿੰਦਾ ਅਤੇ ਪੂਰਾ ਪੱਖੇ ਬੰਦ ਕਰਕੇ ਲਾਈਟਾਂ ਬਚਾਉਣ ਵਾਸਤੇ ਰਾਤ ਨੂੰ ਕਹਿੰਦੇ ਕੰਮ ਕਰਨ ਵਾਸਤੇ ਆਪਾਂ ਕਹਿੰਦੇ ਬਾਹਰ ਆ ਕੇ ਕੰਮ ਕਰਨੇ ਆ ਕੀ ਕਹੋਗੇ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਹੁਣ ਤੁਹਾਡਾ ਕਾਰਜਕਾਲ ਰਹਿ ਗਿਆ 6 ਮਹੀਨੇ ਜੇ ਤੁਸੀਂ ਦੁਬਾਰਾ ਆਉਣਾ ਚਾਹੁੰਦੇ ਹੋ ਤਾਂ ਲਾਈਟ ਦਾ ਕਹਿੰਦੇ ਜ਼ਿਆਦਾ ਕਰੋ ਕਿਉਂਕਿ ਦੂਸਰੀਆਂ ਪਾਰਟੀਆਂ ਆ ਕੇ ਦੱਸਣ ਦੀਆਂ ਲਾਈਟਾਂ ਫ੍ਰੀ ਦੇਵਾਂਗੇ ਟਾਈਮ ਨਾਲ ਦੇਵਾਂਗੇ 24 ਘੰਟੇ ਬਿਜਲੀ ਦੇਵਾਂਗੇ ਜੇ ਤੁਹਾਡੇ ਇੱਦਾਂ ਦੇ ਹਾਲਾਤ ਰਹੇ ਤਾਂ ਫਿਰ ਤੁਹਾਡਾ ਆਉਣਾ ਮੁਸ਼ਕਿਲ ਹੈ ਦੁਬਾਰਾ ਮੁਸ਼ਕਿਲ ਹੀ ਹੈ ਮਤਲਬ ਇਹਦਾ ਮਤਲਬ ਵੀ ਤੁਸੀਂ ਫਿਰ ਗਾਂ ਕੋਈ ਹੋਰ ਸੋਚੋਗੇ ਫਿਲਹਾਲ ਤਾਂ ਤੁਸੀਂ ਇੱਧਰ ਹੀ ਹੋ ਆਪਾਂ ਤਾਂ ਇੱਧਰ ਹੀ ਹਾਂ ਜੀ ਜਿਹੜਾ ਸਾਨੂੰ ਕਹਿੰਦੇ ਸਹੂਲਤ ਦੇਗਾ ਬੈਸਟ ਆਪਾਂ ਉਹਦੇ ਨਾਲ ਆਏ ਲਾਈਟ ਦਾ ਕੀ ਹਾਲ ਹੈ ਜੀ ਬਹੁਤ ਮਾੜਾ ਹਾਲ ਹੈ ਜੀ ਚੰਨੀ ਸਰਕਾਰ ਨੂੰ ਲੈ ਡੁੱਬਣਾ ਜੇ ਇਹ ਸਾਡਾ ਵਾਅਦਾ ਜੇ ਜਿਹਨੇ ਬੱਤੀ ਨਾ ਠੀਕ ਕੀਤੀ ਤਾਂ ਚੰਨੀ ਸਰਕਾਰ ਗਈ ਗਈ
नहीं वह होर भी कुछ मुद्दे ने कल लाइट ही लैके चनी डुब जाएगी कि होर भी भी बड़े मुद्दे ने जिदा एससी बत्ती फ्री करी जान देने जनरल वाले मारी जान देने ये समझो जनरल वाले ने मुकाबला यार कि तू चनी सरकार भी बड़ा गर्क हो जाएगा तुहाडे कहन दा मतलब भी वोटा जनरल दियां भी हैगियां कल्ले एससी वाल ना वेखण ओह जनरल दियां वोटां भी हैगियां ने इहनां नूं जनरल लैट बणाओ उहनां नूं बत्ती फ्री इहनां नूं 8 रुपए यूनिट जनरल वालियां नूं उहनां नूं सिलेंडर 200 रुपए दा उहनां नूं 1000 रुपए दा क्यों मासी दे मुंडे ने इह चन्नी सरकार दा बेड़ा गर्क ही गर्क वा इहनां दा कहना भी जनरल वर्ग नूं भी कुछ ना कुछ देना चाहीदा सारियां सहूलतां जिहड़ियां एससी वर्ग नूं ही दित्तियां जा रहियां ने ये भी कितने ना कि रोस है इन्हों का कहना कि आने वाले समय के जनरल वोटा चन्नी साहब न लैन डुबन गिया होर भी कितने ना कि फर्क पेगा कोई लोकल लैवल लोकल बॉडी से भी ज पूरी कांग्रेस से पूरी कांग्रेस का बेड़ा गर्क किया जाएगा जन्ना समाज एक होएगा तो इन्हों चन्नी सरकार तो लै ही डुबेगा ना चन्नी सरकार लै डुबेगा दुकानदार का कहना होर भी कोई दुकानदार मेरे नाल जी लाइट का किदा जी लाइट का किदा मतलब लाइट का की हाल सर जी एक जने 2 रुपये तो वह खर्चा दूजे को पा के 12 रुपये तो तू 32 नहीं लाने तो हजी सरकार दे यार फिटे मूँह हजी सरकार आई है मतलब एक मैं लोग तो गल नहीं समझे मतलब की कहना चाहते जने 2 रुपये जो फ्री बत्ती दे दे तो जे पेमेंट देंगे ने जो सब कुछ देंगे ने उन्होंने जिन्होंने 12 रुपये बत्ती देंगे उन्होंने बत्ती भी नहीं देते इन्हों का कहना कि एक जने फ्री देई जाते हो एक जने टैक्स भी दे रहे हैं सारा कुछ भी दे रहे हैं उन्होंने कुछ भी नहीं बत्ती भी नहीं तो कि वेखते हो क्योंकि इलेक्शन आ गए ने हम अगे थोड़े हाथ कमाना कि करोगे बिल्कुल जी अभी सरकार तो छुटकारा चाहेंगे हाथ जोड़ के बेनती करा जाओ अपने घर बैठो आराम बहुत कर लिया घेरा फेरिया 400 BC लोगों ने लोगों दुखी करता जी दुखी है जी और दसो जी पैसे देने बावजूद सबको देने के बावजूद जो लाइट नहीं मिलेगी लोग दुखी नहीं होंगे सुखी होंगे चलो लाइट तो एक नॉर्मल गल होर कामों तो भी लोग दुखी महंगाई का हाल देखो महंगाई देखो कि लोगों का की हाल है कारोबार बिल्कुल नहीं करोड़ों के बाद दुकानदारों को चवाली नहीं दी किसी ने सारे दुकानदार टैक्स दे के इन्होंने सरकार चलाते हैं तो दुकानदारों की मिले जो कुछ भी नहीं देंगे टैक्स नहीं देंगे उन्होंने सबको दे दौ जो टैक्स देंगे जो डिजर्व करते हैं उन्होंने चवाली भी नहीं दी लगता नहीं अपना ही घर भरी जाएंगे बिल्कुल लगता जी इदा तो इतों के हिसाब से लगता है अपना ही घर भरी जाएंगे मतलब गरीब का कोई नहीं सोचता कोई नहीं सोचता जी किसी ने नहीं सोचा 70 साल तो लोगों को बेवकूफ बनाया इन्होंने अगे भी बनाई जाना इन्होंने हम कोई नवा नहीं सोच लिया नवा की सोचना साहब जी आते इधर पार्टी बदल गए उधर तो उधरों पार्टी बदल गए उधर उ है जी 200-400 बंदा उ मुड़ मुड़ के आ जाता कभी वो पार्टी आ जाता कभी वो पार्टी आ जाता नवा कड़ा लेना जी नहीं हूँ अं अपना आप सवारना भी तो है ना इन्हें पिछले थोड़ा लगे रहना अं आप इलेक्शन खलो जी खलोवो डेमोक्रेसी है तुम हक है तो ठीक है फिर अं आप ही खलो जाएंगे यार जी अभी तो इन्हों तो तंग आ गए तो उ 400-500 बंदा वा कभी अकाली दल से चल जाता वा कभी कांग्रेस चल जाता वा कांग्रेस आप से चल जाता वा उधर उधर घूम घाम के आ गया यही सरकार चला डे 400-500 बंदा तो यही शराई बने दें मेरा तो ख्याल है जनता को आप ही अपने नुमाइंदा खिलारना चाहिए तो चुनना चाहिए वा मेरे ना होर भी कोई नौजवान ने गलबात करते हैं लाइट में लैके कि लाइट आ रही है कि नहीं आ रही नहीं लाइट नहीं आ रही परेशान हो बहुत सरकार तो भी परेशान हो बहुत क्यों लाइट नहीं आ रही यार लाइट तो एक मामूली गल है होर कि गल तो परेशान और महंगाई हो गई है जी कि महंगाई हो गई है खर्चे बढ़ गए कि रेट बढ़ गए सारे महंगाई हो गई है की करते हो तुम दिहाड़ी लाने दिहाड़ी लाने कि दिहाड़ी मिलती है दिहाड़ी 450 मिलती है तो 450 चो की लैके घर जाते हो तो की मिलता है 100 का आ राशन आ जाता घर के खर्चे सारे न्याण के खर्चे सब खर्चे 450 रुपये अद्धे खर्चे आ जाता जी महंगाई हो गई तेल बढ़ गया खंड बढ़ गई सब कुछ बढ़ गया रिफाइंड बढ़ गया हर वैरायटी बढ़ गई है कितना खर्चा हो रहा सरकार नूं कोई अपील करना चाहोगे सरकार नूं यही कह रहे महंगाई घट करन किहड़े गरीब बंदे दा सोच ले यही कह रहे ये गरीबां दा लोकां दा कहना सरकार नूं कि साडा भी कुछ सोचा जाए अपने ही घर ना भरी जाओ गरीब वाल भी सोचो 450 रुपया दिहाड़ी है कुछ नहीं बनता मेरे ना।